ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਨਵਾਂ ਕਾਰਨਾਮਾ ਕੀਤਾ ਗਿਆ। ਆਪਣੀ ਗੱਡੀ ਦੇ ਨਾਲ ਲਗਜ਼ਰੀ ਕਾਰ ਨੂੰ ਟੋਚਨ ਪਾਇਆ ਔਰ ਰਾਤ ਦੇ ਹਨੇਰੇ ਦੇ ਵਿੱਚ ਕਾਰ ਨੂੰ ਚੋਰੀ ਕਰਕੇ ਲੈ ਗਏ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਸ ਤਰੀਕੇ ਦੇ ਨਾਲ ਇਹ ਚੋਰ ਚਿੱਟੇ ਰੰਗ ਦੀ ਵਰਨਾ ਕਾਰ ਨੂੰ ਆਪਣੀ ਸਕਾਰਪੀਓ ਗੱਡੀ ਦੇ ਨਾਲ ਟੋਚਨ ਪਾਉਂਦੇ ਨੇ ਔਰ ਇੱਥੋਂ ਲੈ ਜਾਂਦੇ ਨੇ। ਲੁਧਿਆਣਾ ਦੇ ਮਾਲ ਟਾਊਨ ਇਲਾਕੇ ਦੀ ਇਹ ਵੀਡੀਓ ਹੈ ਔਰ ਜਿਸ ਦੀ ਕਾਰ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ। ਤਾਂ ਇਹਨਾਂ ਚੋਰਾਂ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕਾਲੇ ਰੰਗ ਦੀ ਸਕਾਰਪੀਓ 'ਤੇ ਇਹ ਚੋਰ ਆਏ ਸੀ ਜਿਨ੍ਹਾਂ ਨੇ ਚਿੱਟੇ ਰੰਗ ਦੀ ਵਰਨਾ ਕਾਰ ਚੋਰੀ ਕੀਤੀ ਔਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਟੋਚਨ ਪਾ ਕੇ ਇਸ ਨੂੰ ਲੈ ਗਏ ਔਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ। ਔਰ ਜਦੋਂ ਸਵੇਰੇ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ। ਘਰ ਦੇ ਬਾਹਰ ਇਹ ਕਾਰ ਆ ਜਿਹੜੀ ਪਾਰਕ ਕੀਤੀ ਹੋਈ ਸੀ। ਕਾਲੇ ਰੰਗ ਦੀ ਸਕਾਰਪੀਓ ਗੱਡੀ ਦੇ ਵਿੱਚ ਆਏ ਚੋਰਾਂ ਨੇ ਇਹ ਲਗਜ਼ਰੀ ਕਾਰ ਨੂੰ ਚੋਰੀ ਕੀਤਾ। ਕਾਰ ਦਾ ਮਾਲਕ ਵਿਦੇਸ਼ ਗਿਆ ਹੋਇਆ ਹੈ ਔਰ ਪਿੱਛੋਂ ਉਸਦੇ ਇਹਨਾਂ ਚੋਰਾਂ ਨੇ ਇਹ ਵਾਰਦਾਤ ਕੀਤੀ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰੇਗੀ।